सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। अगली वड्डी खबर, जहरीली शराब पीण नाल मौतां दा आंकड़ा लगातार वधदा जा रहा है। पंजाब दे विच जहरीली शराब पीण दे नाल 80 लोकां दी मौत हो गई है। जानकारी दिंदा पंजाब दे DGP दिनकर गुप्ता ने दस्या कि हुण तक पंजाब दे अमृतसर, तरनतारन ते गुरदासपुर दे विच जहरीली शराब दे नाल 80 लोकां दी मौत हो चुकी है, जबकि इस दे नाल इन्हां इलाकां दे विच पुलिस दे वल्लों 100 तों वध थावां ते छापेमारी कीती गई है अते इस तरहां 17 ਹੋਰ ਵਿਅਕਤੀਆਂ ਨੂੰ ਗ੍ਰਿਫਤੀ। ਦਿਨਕਰ ਗੁਪਤਾ ਵੱਲੋਂ ਇੱਕ ਹੋਰ ਵੱਡੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਪਟਿਆਲਾ ਦੇ ਸ਼ੰਭੂ ਵਾਰਡ ਤੇ ਵੀ ਛਾਪਾ ਮਾਰਿਆ ਗਿਆ, ਜਿੱਥੋਂ ਦੇ ਕਈ ਢਾਬਿਆਂ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਲਾਨ ਬਰਾਮਦ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਇਸ ਵਾਰਡ ਤੇ ਲੱਗਦਿਆਂ ਢਾਬਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਮੁਹਿੰਮ ਦੌਰਾਨ ਬਟਾਲਾ ਪੁਲਿਸ ਦੇ ਵੱਲੋਂ ਸ਼ਰਾਬ ਮਾਫੀਆ ਦੀ ਮਾਸਟਰਮਾਈਂਡ ਦਰਸ਼ਨ ਰਾਣੀ ਉਫ ਫੌਜਨ ਆਜ਼ਾਦ ਟਰਾਂਸਪੋਰਟ ਦੇ ਓਨਸ ਪ੍ਰੇਮ ਸਿੰਘ ਅਤੇ ਇੱਕ ਹੋਰ ਭਿੰਦਾ ਨਾਮ ਦਾ ਵਿਅਕਤੀ ਜੋ ਕਿ ਤਰਨ ਤਾਰਨ ਪੁਲਿਸ ਦੇ ਵੱਲੋਂ ਵੀ ਵਾਂਟਿਡ ਸੀ, ਅੱਜ ਰੇਡ ਦੌਰਾਨ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਹੈ। ਦੱਸ ਦਈਏ ਕਿ ਪਿਛਲੇ 3 ਦਿਨਾਂ ਦੌਰਾਨ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਜਾਨਾਂ ਜਾ ਚੁੱਕੀਆਂ ਨੇ। DGP ਦਿਨਕਰ ਗੁਪਤਾ ਵੱਲੋਂ ਇੱਕ ਵੱਡੀ ਜਾਣਕਾਰੀ ਵੀ ਸਾਂਝੀ ਕਰਦੇ ਦੱਸਿਆ ਕਿ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 80 ਜਾਨਾਂ ਜਾ ਚੁੱਕੀਆਂ ਨੇ ਅਤੇ ਰੇਡ ਦੌਰਾਨ ਪੁਲਿਸ ਦੇ ਵੱਲੋਂ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ। ਛਾਪੇਮਾਰੀ ਦੌਰਾਨ ਵੱਡੀ ਮਾਤਰਾ ਦੇ ਵਿੱਚ ਲਾਨ ਵੀ ਬਰਾਮਦ ਕੀਤੀ ਗਈ ਹੈ।